ਨਵੋਦਿਆ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅਕਸਰ ਅਸੀਂ ਜਦੋਂ ਘਰ ਤੋਂ ਬਾਹਰ ਨਿਕਲਦੇ ਆਂ ਕਿਸੇ ਫੰਕਸ਼ਨ ਦੇ ਉੱਤੇ ਜਾਈਏ ਪੀਰ ਢੱਕੇ ਵਾਲੀ ਥਾਂ ਤੇ ਜਾਈਏ ਬਾਜ਼ਾਰ ਵਿੱਚ ਜਾਈਏ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਈਏ ਤੇ ਅਕਸਰ ਸਾਨੂੰ ਉੱਥੇ ਭੀਖ ਮੰਗਦੇ ਹੋਏ ਭਿਖਾਰੀ ਮਿਲ ਜਾਂਦੇ ਨੇ ਤੇ ਅਸੀਂ ਉਹਨਾਂ ਤੇ ਤਰਸ ਖਾ ਕੇ ਇਹ ਭੀਖ ਮੰਗਣਾ ਇਹਨਾਂ ਦੀ ਮਜਬੂਰੀ ਹੈ ਨਾ ਕੇ ਜ਼ਿੰਦਗੀ ਦਾ ਤਰੀਕਾ ਤੇ ਅਸੀਂ ਇਹਨਾਂ ਤੇ ਹਮਦਰਦੀ ਕਰਕੇ ਇਹਨਾਂ ਤੇ ਤਰਸ ਕਰਕੇ ਇਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਕੁਝ ਨਾ ਕੁਝ ਪੈਸੇ ਜ਼ਰੂਰ ਦਿੰਨੇ ਆ ਦੋਸਤੋ ਅੱਜ ਅਸੀਂ ਤੁਹਾਨੂੰ ਤੁਹਾਡੀ ਹਮਦਰਦੀ ਦੇ ਸਿਰ ਦੇ ਉੱਤੇ ਬਣੇ ਹੋਏ ਇਹ ਭਿਖਾਰੀ ਕਿੰਨੇ ਕੁ ਅਮੀਰ ਨੇ ਕਿੰਨਾ ਪੈਸਾ ਇਹਨਾਂ ਦੇ ਕੋਲ ਹੈ ਅੱਜ ਅਸੀਂ ਤੁਹਾਨੂੰ ਇਹਦੀ ਜਾਣਕਾਰੀ ਦੇਵਾਂਗੇ ਭਾਰਤ ਦੇ ਸਭ ਤੋਂ ਅਮੀਰ ਭਿਖਾਰੀਆਂ ਦੇ ਬਾਰੇ ਅੱਜ ਆਪਾਂ ਇੱਕ ਪੰਛੀ ਝਾਤ ਮਾਰਾਂਗੇ ਚਲਦੀ ਹੋਈ ਵੀਡੀਓ ਵਿੱਚ ਇੱਕ ਬੇਨਤੀ ਹੈ ਤੁਸੀਂ ਜੇਕਰ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚਲਦੀ-ਚਲਦੀ ਵੀਡੀਓ ਵਿੱਚ ਨਵੋਧਿਆ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਾਡੇ ਲਈ ਇਹ ਹੌਸਲੇ ਦਾ ਕੰਮ ਕਰੇਗੀ ਦੋਸਤੋ ਹਿੰਦੁਸਤਾਨ ਦੇ ਸਭ ਤੋਂ ਅਮੀਰ ਪਿਖਾਰੀਆਂ ਦੀ ਗੱਲ ਕਰੀਏ ਤੇ ਪਹਿਲੇ ਨੰਬਰ ਦੇ ਉੱਤੇ ਨਾਮ ਆਉਂਦਾ ਭਰਤ ਜੈਨ ਦਾ ਭਰਤ ਜੈਨ ਦਾ ਦਾਅਵਾ ਹੈ ਕਿ ਇੱਕ ਨਾ ਇੱਕ ਦਿਨ ਉਹ ਦੁਨੀਆ ਦਾ ਸਭ ਤੋਂ ਅਮੀਰ ਪਿਖਾਰੀ ਬਣ ਕੇ ਦਿਖਾਏਗਾ ਭਾਰਤ ਦਾ ਇੱਕ ਕਰੋੜਪਤੀ ਪਿਖਾਰੀ ਅਕਸਰ 76 ਪਤੀ ਸ਼ਿਵਾਜੀ ਹਵਾਈ ਅੱਡੇ ਦੇ ਉੱਪਰ ਜਾਂ ਆਜ਼ਾਦ ਮੈਦਾਨ ਦੇ ਵਿੱਚ ਪੀਖ ਮੰਗਦਾ ਹੈ ਤੇ ਹਰ ਮਹੀਨੇ 70 ਤੋਂ 80 ਹਜ਼ਾਰ ਦੇ ਕਰੀਬ ਇਹ ਕਮਾ ਲੈਂਦਾ ਹੈ ਜੇਕਰ ਪਰਤ ਜੈਨ ਦੀ ਪ੍ਰਾਪਰਟੀ ਦੀ ਜਾਇਦਾਦ ਦੀ ਗੱਲ ਕਰੀਏ ਤੇ ਇਹਦੇ ਮੁੰਬਈ ਦੇ ਪਰੇਲ ਇਲਾਕੇ ਦੇ ਵਿੱਚ ਦੋ ਫਲੈਟ ਨੇ 70-70 ਲੱਖ ਰੁਪਏ ਦੇ ਦੋ ਘਰ ਨੇ ਹੋਰ ਵੀ ਬੈਂਕ ਬੈਲੈਂਸ ਇਹਦੇ ਕੋਲੇ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਪਰੇਲ ਇਲਾਕੇ ਦੇ ਵਿੱਚ ਇੱਕ ਦੋਸਤੀ ਦੁਕਾਨ ਹੈ ਜਿੜੀ ਕ੍ਰਾਇਤ ਦਿੱਤੀ ਹੋਈ ਹੈ 12 ਤੋਂ 15000 ਰੁਪਿਆ ਇਸ ਦੁਕਾਨ ਦਾ ਵੀ ਭਰਤ ਜੈਨ ਪ੍ਰਾਪਤ ਕਰਦਾ ਹੈ। ਕ੍ਰਿਸ਼ਨਾ ਕੁਮਾਰ ਗੀਤੇ ਕ੍ਰਿਸ਼ਨਾ ਕੁਮਾਰ ਗੀਤੇ ਮੁੰਬਈ ਦੇ ਚਰਨੀ ਰੋਡ ਦੇ ਉੱਤੇ ਭੀਖ ਮੰਗਣ ਦਾ ਕੰਮ ਕਰਦਾ ਹੈ। ਗੀਤੇ ਲਗਭਗ 15 ਤੋਂ 2000 ਰੁਪਏ ਰੋਜ਼ਾਨਾ ਕਮਾ ਲੈਂਦਾ ਹੈ। ਗੀਤੇ ਦੇ ਕੋਲ ਮੁੰਬਈ ਦੇ ਪ੍ਰੀਮੀਅਮ ਮੰਜ਼ਲਾ ਵਿੱਚੋਂ ਇੱਕ ਵਧੀਆ ਫਲੈਟ ਜਿਹਦੀ ਕੀਮਤ ਲੱਖਾਂ ਰੁਪਏ ਹੈ ਇਸ ਤੋਂ ਇਲਾਵਾ ਕ੍ਰਿਸ਼ਨਾ ਕੁਮਾਰ ਗੀਤੇ ਲੋਕਾਂ ਨੂੰ ਵਿਆਜ ਦੇ ਉੱਪਰ ਪੈਸੇ ਦੇਣ ਦਾ ਕੰਮ ਵੀ ਕਰਦਾ ਤੇ ਇਹਨੇ ਆਪਣੇ ਅਕਾਊਂਟੈਂਟ ਦੇ ਵਜੋਂ ਆਪਣੇ ਭਰਾ ਨੂੰ ਨਜ਼ਰ ਵੀ ਰੱਖਿਆ ਹੋਇਆ ਹੈ ਦਸਰੋ ਤੀਸਰੇ ਪਿਖਾਰੀ ਦੀ ਅਸੀਂ ਗੱਲ ਕਰਦੇ ਹਾਂ ਪੱਪੂ ਕੁਮਾਰ ਪਟਨਾ ਦਾ ਰਹਿਣ ਵਾਲਾ ਇਹ ਪੱਪੂ ਕੁਮਾਰ ਏ ਵੀ ਬਹੁਤ ਅਮੀਰ ਹੈ ਪੱਪੂ ਕੁਮਾਰ ਦੀ ਕੁੱਲ ਜਾਇਦਾਦ 1.5 ਕਰੋੜ ਤੋਂ ਵੀ ਵੱਧ ਦੀ ਮੰਨੀ ਜਾਂਦੀ ਹੈ ਛੋਟਿਆਂ ਹੁੰਦਿਆਂ ਇੱਕ ਦੁਰਘਟਨਾ ਦੇ ਵਿੱਚ ਇਹਦੀ ਲੱਤ ਟੁੱਟ ਗਈ ਤੇ ਪਟਨਾ ਦੇ ਰੇਲਵੇ ਪਲੇਟਫਾਰਮ ਦੇ ਉੱਪਰ ਪੱਪੂ ਕੁਮਾਰ ਨੇ ਪੀਖ ਮੰਗਣੀ ਸ਼ੁਰੂ ਕੀਤੀ ਤੇ ਅੱਜ 1.5 ਕਰੋੜ ਤੋਂ ਉੱਪਰ ਇਹ ਜਾਇਦਾਦ ਦਾ ਮਾਲਕ ਹੈ ਚਾਰ ਬੈਂਕ ਸੇਵਿੰਗ ਅਕਾਊਂਟ ਪੱਪੂ ਕੁਮਾਰ ਦੇ ਨਾਮ ਨਾ ਬੋਲਦੇ ਨੇ ਚੌਥੀ ਪਿਖਾਰੀ ਹੈ ਸਰਵਤਿਆ ਦੇਵੀ ਸਰਵਤਿਆ ਦੇਵੀ ਭਾਰਤ ਦੀ ਸਭ ਤੋਂ ਮਸ਼ਹੂਰ ਔਰਤ ਪਿਖਾਰਨ ਹੈ ਭਾਰਤ ਦੇ ਸਭ ਅਮੀਰ ਪਿਖਾਰੀਆਂ ਵਿੱਚ ਇਹਦਾ ਵੀ ਨਾਮ ਆਉਂਦਾ ਹੈ ਪਟਨਾ ਦੀ ਰਹਿਣ ਵਾਲੀ ਇਹ ਸਰਵਤਿਆ ਦੇਵੀ ਪਟਨਾ ਦੀਆਂ ਰੇਲ ਗੱਡੀਆਂ ਦੇ ਵਿੱਚ ਪੀਖ ਮੰਗਦੀ ਹੈ ਔਰ 55 ਤੋਂ 60000 ਰੁਪਇਆ ਹਰ ਮਹੀਨੇ ਪੀਖ ਮੰਗ ਕੇ ਕਮਾ ਲੈਂਦੀ ਹੈ ਪਟਨਾ ਦੇ ਅਸ਼ੋਕ ਸਨੇਮੇ ਦੇ ਪਿਛਲੇ ਪਾਸੇ ਇਹਦਾ ਆਪਣਾ ਘਰ ਹੈ ਇਹਦੀ ਇੱਕ ਧੀ ਹੈ ਜਿਸ ਦਾ ਹੁਣ ਵਿਆਹ ਹੋ ਚੁੱਕਿਆ ਹੈ ਔਰ ਬੜੇ ਸੋਹਣੇ ਘਰ ਦੇ ਵਿੱਚ ਇਹ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ ਔਰ ਲਗਭਗ 50 ਲੱਖ ਰੁਪਏ ਦੀ ਸੰਪਤੀ ਇਸ ਸਰਵਤਿਆ ਦੇਵੀ ਦੇ ਕੋਲ ਹੈ ਔਰ 36000 ਰੁਪਇਆ ਹਰ ਸਾਲ ਇਹ ਆਪਣਾ ਜੋ ਬੀਮਾ ਹੈ ਉਹਦਾ ਪ੍ਰੀਮੀਅਮ ਵੱਧਦੀ ਹੈ। ਦੋਸਤੋ ਅਗਲਾ ਪਿਖਾਰੀ ਹੈ ਮਸੂ ਮਲਾਣਾ। ਮਸੂ ਜਾਂ ਮਲਾਣਾ ਇਹ ਵੀ ਮੁੰਬਈ ਦਾ ਇੱਕ ਪਿਖਾਰੀ ਹੈ। ਇਹਦੀ ਭੀਖ ਮੰਗਣ ਦੀ ਇੱਕ ਆਪਣੀ ਵੱਖਰੀ ਸ਼ੈਲੀ ਵੱਖਰਾ ਅੰਦਾਜ਼ ਹੈ। ਇਹ ਬੜੇ ਸੋਹਣੇ ਕੱਪੜੇ ਪਾ ਕੇ ਆਟੋ ਦੇ ਵਿੱਚ ਭੀਖ ਮੰਗਣ ਵਾਲੀ ਥਾਂ ਤੇ ਆਉਂਦਾ ਹੈ। ਉਥੋਂ ਆਪਣੇ ਪਾਟੇ ਪੁਰਾਣੇ ਕੱਪੜੇ ਕੱਢ ਕੇ ਪਹਿਨਦਾ ਹੈ ਨਵੇਂ ਕੱਪੜੇ ਬੈਗ ਵਿੱਚ ਪਾ ਲੈਂਦਾ ਹੈ ਤੇ ਭੀੜ ਵਾਲੀ ਥਾਂ ਦੇ ਉੱਪਰ ਬੈਠ ਕੇ ਭੀਖ ਮੰਗਣਾ ਸ਼ੁਰੂ ਕਰ ਦਿੰਦਾ ਹੈ ਲਗਭਗ 8 ਤੋਂ 10 ਘੰਟੇ ਇਹ ਭੀਖ ਮੰਗਦਾ ਹੈ ਜਿਦੇ ਵਿੱਚ ਰੋਜ਼ਾਨਾ ਲਗਭਗ 2000 ਤੋਂ 2200 ਰੁਪਏ ਦੀ ਆਮਦਨ ਇਹ ਕਮਾ ਲੈਂਦਾ ਹੈ ਅਗਲੇ ਪਖਾਰੀ ਨੇ ਜੀ ਸ਼ੰਭਾਜੀ ਕਾਲੀ ਸ਼ੰਭਾਜੀ ਕਾਲੇ ਪਾਰਤ ਦੇ ਇੱਕ ਹੋਰ ਅਮੀਰ ਭਿਖਾਰੀ ਨੇ ਸ਼ੰਬਾਜੀ ਕਾਲੇ ਮੁੰਬਈ ਦੇ ਖਾਰ ਖੇਤਰ ਵਿੱਚ ਭੀਖ ਮੰਗਦੇ ਨੇ ਔਰ ਸ਼ੰਬਾਜੀ ਕਾਲੇ 1500 ਤੋਂ ਲੈ ਕੇ 1800 ਰੁਪਏ ਤੱਕ ਰੋਜ਼ਾਨਾ ਭੀਖ ਲੈ ਲੈਂਦੇ ਨੇ ਸ਼ੰਬਾਜੀ ਕਾਲੇ ਦੇ ਕੋਲ ਖਾਰ ਇਲਾਕੇ ਦੇ ਵਿੱਚ ਦੋ ਫਲੈਟ ਨੇ ਸ਼ੋਲਾਪੁਰ ਮਹਾਰਾਸ਼ਟਰ ਦੇ ਵਿੱਚ ਜ਼ਮੀਨ ਵੀ ਹੈ ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਇਹਨੇ ਆਪਣਾ ਬਹੁਤ ਸਾਰਾ ਰੁਪਈਆ ਨਿਵੇਸ਼ ਵੀ ਕੀਤਾ ਹੋਇਆ ਹੈ ਚਾਰ ਸਾਲਾਂ ਦੇ ਇੱਕ ਬੱਚੀ ਦੇ ਨਾਲ ਸ਼ੰਭਾ ਜੀ ਕਾਲੇ ਲੱਖਾਂ ਰੁਪਏ ਦੀ ਬੈਂਕ ਬਚਤ ਦੇ ਮਾਲਕ ਹਨ ਅਗਲੇ ਭਿਖਾਰੀ ਦਾ ਨਾਮ ਹੈ ਲక్ష్ਮੀ ਦਾਸ ਜਿੱਥੇ ਦੋਸਤੋ ਮੁੰਬਈ ਦੇ ਵਿੱਚ ਭਿਖਾਰੀ ਬੜੇ ਅਮੀਰ ਨੇ ਉੱਥੇ ਕੋਲਕੱਤਾ ਵੀ ਭਾਰਤ ਦੇ ਸਭ ਤੋਂ ਅਮੀਰ ਭਿਖਾਰੀਆਂ ਦਾ ਘਰ ਹੈ। ਔਰ ਇਹ ਕੋਲਕੱਤਾ ਦੀ ਭੀਖ ਮੰਗਣ ਵਾਲਿਆਂ ਵਿੱਚ ਸਭ ਤੋਂ ਪਹਿਲਾ ਨਾਮ ਹੈ ਭਿਖਾਰੀ ਲక్ష్ਮੀ ਦਾਸ ਦਾ। ਲక్ష్ਮੀ ਦਾਸ ਇੱਕ ਔਰਤ ਹੈ ਔਰ ਲਗਭਗ 1964 ਤੋਂ ਲੈ ਕੇ ਇਹ ਕੋਲਕੱਤੇ ਦੀਆਂ ਸੜਕਾਂ ਦੇ ਉੱਪਰ ਭੀਖ ਮੰਗ ਰਹੀ ਹੈ ਜਦੋਂ ਇਹਦੀ ਉਮਰ ਕੇਵਲ 16-17 ਵਰਿਆਂ ਦੀ ਸੀ। लक्ष्मी ਨੂੰ ਪੋਲੀਓ ਹੋਇਆ ਹੈ ਔਰ ਲਗਭਗ ਇਹ 45 ਤੋਂ 50000 ਰੁਪਿਆ ਹਰ ਮਹੀਨੇ ਭੀਖ ਮੰਗ ਕੇ ਕਮਾ ਲੈਂਦੀ ਹੈ ਔਰ ਲక్ష్ਮੀ ਦਾਸ ਦੇ ਕੋਲ ਵੀ ਲੱਖਾਂ ਰੁਪਿਆ ਦਾ ਬੈਂਕ ਬੈਲੈਂਸ ਹੈ ਸੋ ਦੋਸਤੋ ਸਾਡਾ ਬਿਲਕੁਲ ਵੀ ਇਹ ਮਤਲਬ ਨਹੀਂ ਕਿ ਤੁਹਾਨੂੰ ਭਿਖਾਰੀਆਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਪਰ ਜਿਹੜੇ ਲੋੜਵੰਦ ਨੇ ਉਨ੍ਹਾਂ ਦੀ ਸਹਾਇਤਾ ਜ਼ਰੂਰ ਕਰੋ ਪਰ ਜਿਹੜੇ ਲੱਖਾਂ ਰੁਪਈਆਂ ਦੇ ਮਾਲਕ ਬਣ ਕੇ ਵੀ ਕੇਵਲ ਇੱਕ ਕਾਰੋਬਾਰ ਦੀ ਤਰ੍ਹਾਂ ਭੀਖ ਮੰਗਦੇ ਨੇ ਉਨ੍ਹਾਂ ਤੋਂ ਗੁਰੇਜ ਕਰੋ ਤੇ ਨਵੋਧਿਆ ਟੀਵੀ ਤੁਹਾਡੇ ਸਾਹਮਣੇ ਇਹ ਹੀ ਬੇਨਤੀ ਕਰਦਾ ਹੈ ਕਿ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕੀਤੀ ਜਾਵੇ ਧੰਨਵਾਦ